ਸ਼ਰੇਆਮ ਗੁੰਡਾਗਰਦੀ ਬਿਲਕੁਲ ਹੀ ਗੁੰਡਾਗਰਦੀ ਬਰਦਾਸ਼ਤ ਕਰਾਂਗੇ। ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਔਰ ਅਸੀਂ ਵੀ ਆਏ ਬਾਹਰੋਂ ਆਏ ਹਾਂ ਬਾਹਰੋਂ ਆਏ ਹਾਂ। ਪੰਜਾਬ ਕਬੱਡੀ ਐਸੋਸੀਏਸ਼ਨ ਦੀ ਚੋਣ ਦੌਰਾਨ ਹੰਗਾਮਾ ਹੋਇਆ ਹੈ। ਚੋਣ ਤੋਂ ਪਹਿਲਾਂ ਹੀ ਸਟੇਜ ਤੇ ਜਾ ਕੇ ਵਿਅਕਤੀਆਂ ਦੇ ਵੱਲੋਂ ਭਰੇ ਕਾਗਜ਼ ਚੁੱਕ ਕੇ ਲਿਜਾਣ ਦੀ ਕੋਸ਼ਿਸ਼ ਕੀਤੀ ਗਈ, ਪਰ ਪੁਲਿਸ ਉੱਥੇ ਇੱਕ ਦਰਸ਼ਕ ਬਣ ਕੇ ਹੀ ਰਹਿ ਗਈ। ਸਟੇਜ ਤੋਂ ਫਾਰਮ ਖੋਣ ਵਾਲਿਆਂ ਅਤੇ ਮੈਂਬਰਾਂ ਦੇ ਵਿਚਕਾਰ ਹੱਥੋਪਾਈ ਵੀ ਹੋਈ। ਸਰਕਾਰ ਅਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਤੇ ਸਿੱਧੇ ਤੌਰ ਤੇ ਦੋਸ਼ ਲਗਾਏ ਗਏ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਿਕੰਦਰ ਸਿੰਘ ਮਲੂਕਾ ਦੇ ਵੱਲੋਂ। ਵੈਸੇ ਡੈਮੋਕ੍ਰੇਸੀ ਵਾਸਤੇ ਗੱਲਾਂ ਬਹੁਤ ਮਾੜੀਆਂ ਵੀ ਧੱਕੇ ਨਾ ਬਣਨਾ, ਵੋਟਾਂ ਨਾ ਬਣ ਜਾਓ, ਕੋਈ ਹਰਜ ਨਹੀਂ, ਹਰਕ ਦਾ ਹੱਕ ਹੈ, ਚੋਣ ਲੜਨਾ ਹੱਕ ਹੈ, ਬਣਨਾ ਹੱਕ ਹੈ, ਸਾਰੀਆਂ ਗੱਲਾਂ ਉਹ ਠੀਕ ਹੁੰਦੀਆਂ ਨੇ। ਪਰ ਜੇ ਤੁਹਾਡੇ ਕੋਲ ਵੋਟਾਂ ਹੈ ਨਹੀਂ, ਫਿਰ ਬਹਿ ਕੇ ਕੋਈ ਐਡਜਸਟਮੈਂਟ ਕਰ ਲਓ ਵੀ ਇੱਕ ਅੱਧਾ ਉਹਦਾ ਸਾਨੂੰ ਦੇ ਦਿਓ, ਉਹ ਚੱਲ ਜਾਂਦੀ ਹੁੰਦੀ ਹੈ ਗੱਲ, ਬੈਠ ਕੇ ਹੋ ਜਾਂਦਾ ਹੁੰਦਾ, ਕੋਈ ਇਹੋ ਜਿਹੀ ਗੱਲ ਨਹੀਂ। ਪਰ ਜੇ ਕੋਈ ਧੱਕੇ ਨਾ ਵੀ ਮੈਂ ਬਣਨਾ, ਉਹ ਗਲਤ ਹੁੰਦਾ ਸਿਸਟਮ, ਉਹ ਤੁਹਾਡੇ ਸਾਹਮਣੇ ਹੋਇਆ ਸਾਰਾ। ਤੁਸੀਂ 4-5 ਵਾਰ ਪ੍ਰਧਾਨ ਰਹੇ ਹੋ ਐਸੋਸੀਏਸ਼ਨ ਦੇ, ਇਹ ਹਾਲਾਤ ਪਹਿਲਾਂ ਕਦੇ ਨਹੀਂ? ਕਦੇ ਨਹੀਂ ਹੋਏ। ਮੈਂ ਰਿਹਾ, ਮੈਥੋਂ ਪਹਿਲਾਂ ਬਲਬੀਰ ਸਿੰਘ ਹੁੰਦਾ ਸੀ, ਉਦੋਂ ਮੈਂ ਸੀਨੀਅਰ ਮੀਤ ਪ੍ਰਧਾਨ ਹੁੰਦਾ ਸੀ, ਜਲੰਧਰ ਤੋਂ ਸੀ ਬਲਬੀਰ ਸਿੰਘ, ਸਰਦਾਰ ਸਵਰਨ ਸਿੰਘ ਦੇ ਭਤੀਜੇ, ਉਦੋਂ ਵੀ ਕਦੇ ਨਹੀਂ ਹੋਇਆ ਸੀ, ਸਰਬਸੰਮਤੀ ਨਹੀਂ ਹੁੰਦੀ ਹੁੰਦੀ ਸੀ। ਐਂ ਰਾਜ ਭਾਵੇਂ ਕਾਂਗਰਸ ਦਾ ਹੋਵੇ, ਭਾਵੇਂ ਅਕਾਲੀਆਂ ਦਾ ਹੋਵੇ, ਕੋਈ ਪ੍ਰਧਾਨ ਬਣੇ, ਕੋਈ ਕੁਛ ਬਣੇ, ਉਹ ਚੋਣ ਸਰਬਸੰਮਤੀ ਨੇ। ਖੇਡਾਂ ਦੇ ਵਿੱਚ ਕੁਛ ਤੁਹਾਨੂੰ ਕਿਵੇਂ ਲੱਗਦਾ? ਨਹੀਂ, ਚੰਗਾ ਨਹੀਂ ਹੈਗਾ ਖੇਡਾਂ ਵਾਸਤੇ, ਕੰਮ ਚੰਗਾ ਨਹੀਂ ਹੈਗਾ, ਬਹੁਤ ਮਾੜੀ ਗੱਲ ਹੈਗੀ ਖੇਡਾਂ ਵਾਸਤੇ। ਜਿਸ ਤਰ੍ਹਾਂ ਜਿਹੜੇ ਲੋਕਾਂ ਦੇ ਵਿੱਚ ਫੜੇ ਸੀਗੇ ਦੋ ਜਣੇ, ਉਹਨਾਂ ਦੇ ਇੱਕ ਪੁਲਿਸ ਮੁਲਾਜ਼ਮ ਦੱਸਦੇ ਆ ਵੀ ਕੋਈ ਮਾਨਸਾ ਦਾ ਪੁਲਿਸ ਮੁਲਾਜ਼ਮ ਸੀਗਾ, ਉਹ ਦੱਸਦੇ ਨੇ। ਪ੍ਰਸ਼ਾਸਨ ਦਾ ਕਿਹੋ ਜਿਹਾ ਸਹਿਯੋਗ ਰਿਹਾ ਜਿਸ ਤਰ੍ਹਾਂ ਚੋਣ ਸ਼ੁਰੂ ਹੋਈ ਸੀ, ਸਾਰੇ ਘਟਨਾਕ੍ਰਮ ਨੂੰ ਕਿਵੇਂ ਦੇਖਦੇ? ਨਹੀਂ, ਪ੍ਰਸ਼ਾਸਨ ਦੇ ਜਿਹੜਾ ਰੌਲਾ ਰੱਪਾ ਪਿਆ ਉਹ ਪ੍ਰਸ਼ਾਸਨ ਕਰਕੇ ਪਿਆ, ਨਹੀਂ ਤਾਂ ਪਹਿਲਾਂ ਹੀ ਨਹੀਂ ਸੀ। ਅਮਨ ਮਾਨ ਨਾਲ ਸੀ ਤਾਂ ਕਦੇ ਪੁਲਿਸ ਸੱਦੀ ਨਹੀਂ, ਕਦੇ ਵੀ ਨਹੀਂ ਸੱਦੀ, ਇੰਨੀਆਂ ਚੋਣਾਂ ਹੁੰਦੀਆਂ ਕਦੇ ਵੀ ਨਹੀਂ ਬੁਲਾਇਆ ਕਦੇ ਪੁਲਿਸ, ਆਪਦੀ ਬੈਠ ਕੇ ਕਰ ਲੈਂਦੇ, ਕਦੇ ਕੋਈ ਰੌਲਾ ਹੀ ਨਹੀਂ ਪਿਆ। ਪ੍ਰਾਈਵੇਟ ਐਸੋਸੀਏਸ਼ਨ ਦਾ ਕੋਈ ਚੋਣ ਦਾ ਚੱਲ ਰਿਹਾ ਹੈਗਾ ਤੇ ਆਪਦੀ ਚੋਣ ਕਰ ਰਹੇ ਨੇ ਜੀ, ਜੋ ਐਸ ਪਰ ਲਾਅ ਜਿੱਦਾਂ ਵੀ ਹੋਊਗਾ ਕਰ ਲੈਣਗੇ, ਸਾਡਾ ਉਹਦੇ ਡਾਇਰੈਕਟਲੀ ਨਹੀਂ ਲੱਗਦਾ ਨਹੀਂ ਸਟੇਜ ਤੇ ਬੰਦਾ ਚੜ ਕੇ ਸਟੇਜ। ਦੇਖੋ ਇਦਾਂ ਨਾ, ਅਸੀਂ ਆਰਗੇਨਾਈਜ਼ਰ ਨੂੰ ਪਹਿਲਾਂ ਹੀ ਕਿਹਾ ਸੀਗਾ ਵੀ ਜਿਹੜੇ ਤੁਸੀਂ ਆਈਡੈਂਟੀਫਾਈਡ ਬੰਦੇ ਨੇ ਤੁਸੀਂ ਆਪਦੇ ਉਹੀ ਆਈਡੈਂਟੀਫਾਈਡ ਬੰਦੇ ਅੰਦਰ ਵਾੜੋ, ਤੇ ਉਦੋਂ ਇਹ ਕਹਿੰਦੇ ਸੀਗੇ ਵੀ ਸਾਸੀ ਪੋਲਿੰਗ ਜਦੋਂ 2 ਵਜੇ ਸਾਡੀ ਪੋਲਿੰਗ ਹੋਣੀ ਹੈ ਅਸੀਂ ਉਦੋਂ ਕਰਾਂਗੇ, ਇਹਨਾਂ ਦੇ ਬੰਦੇ ਨੇ ਇਹਨਾਂ ਨੇ ਵਾੜੇ, ਇਹੀ ਜਾਣਦੇ ਨੇ ਕਿਹੜੇ ਬੰਦੇ ਆ ਗਏ ਨੇ ਕਿਹੜੇ ਬੰਦੇ।